ਤੇਰਾ ਗੁੱਡ ਗੁੱਡ ਮਾਰਨਿੰਗ ਹੋ ਗਈ ਆ ਤੇ ਮੁੰਡੇ ਪਹੁੰਚ ਗਿਆ ਕਿੱਥੇ ਪਹੁੰਚ ਗਿਆ ਕੋਡਾ ਤੇ ਆ ਮੈਂ ਅਨਮੋਲ ਪ੍ਰੀਤ ਸਿੰਘ ਤੁਹਾਨੂੰ ਪਤਾ ਹੀ ਆ ਕਹਿੰਦਾ ਵੀ ਤੁਹਾਨੂੰ ਨਹੀਂ ਪਤਾ ਤੇ ਹੁਣ ਪਤਾ ਲੱਗ ਹੀ ਗਿਆ ਹੁਣ ਵੀਡੀਓ ਬਣਾ ਜਿਵੇਂ ਕਿ ਤੁਹਾਨੂੰ ਹੁਣੇ ਵਿਖਾਇਆ ਸੀ ਅਸੀਂ ਵੀ ਕਿੱਧਰ ਚੱਲਿਆ ਅਸੀਂ ਜਿਵੇਂ ਤੁਹਾਨੂੰ ਕੀ ਹੁਣ ਥੋੜਾ ਟਾਈਮ ਪਾ ਸੀ ਉਦੋਂ ਕੁਛ ਨਹੀਂ ਸੀ ਕਰ ਰਹੇ ਤੇ ਹੁਣ ਵੀ ਕੁਛ ਨਹੀਂ ਕਰਦੇ ਪਏ ਉਹ ਨਹੀਂ ਇੰਨੀ ਸਟੋਰੀਆਂ ਵੇਖਣ ਹੁੰਦੀਆਂ ਤਾਂ ਇੰਨੀ ਸ਼ਕਲ ਵਿਖਾ ਪਹਿਲਾਂ ਨਾ ਜੀ ਆ ਵੇਖੋ ਜੀ ਇੰਨੀਆਂ ਸਟੋਰੀਆਂ ਤਾਂ ਹੀ ਪਾਇਆ ਜਿਵੇਂ ਰੋਜ਼ ਪੰਜ ਨੇ ਉਹ ਨਹੀਂ ਮਾਰੇ ਮੱਛਰ ਬੰਦਾ ਮਾਰ ਕੇ ਸੌਂਦਾ ਜਿਵੇਂ ਇਹਦਾ ਮੂੰਹ ਹੁੰਦਾ ਕਹਿੰਦੇ ਵਰਗਾ ਫੱਤੋ ਦੀ ਬੀਬੀ ਵਰਗਾ ਹੁਣ ਕਹਿੰਦੇ ਮੁੰਡਾ ਨਹੀਂ ਡਿਲੀਟ ਮਾਰੇ ਤਾਂ ਪੈਣਾ ਯੂਟਿਊਬ ਤੇ ਪੈਣਾ ਆ ਹੁਣ ਸਬਸਕ੍ਰਾਈਬ ਕਰਨਾ ਅਨਮੋਲ ਪ੍ਰੀਤ ਸਿੰਘ ਨਾਗਵਾਲ ਤਾੜੀ ਕਹਿੰਦੇ ਇੱਥੇ ਸਾਡਾ ਜਿਹੜਾ ਵਿਊ ਹੈ ਨਾ ਕਾਲਜ ਦਾ ਉਹ ਬਾਹਲਾ ਹੀ ਘੈਂਟ ਹੈ ਤੇ ਆ ਮੁੰਡਾ ਵੀ ਬੜਾ ਸੋਹਣਾ ਤੇ ਨਾਲੇ ਪਿੰਦੇ ਨੇ ਵੀ ਜਲਾਲਪੁਰੀਏ ਨੇ ਮੈਂ ਵੀ ਮਿੱਤਰਾਂ ਹੁਣ ਅਸੀਂ ਚੱਲੇ ਹਾਂ ਕੰਟੀਨ ਤੇ ਅਸੀਂ ਸਾਨੂੰ ਜਾ ਕੇ ਵਿਖਾਉਣੇ ਆ ਉੱਥੇ ਚਾਹ ਪੰਜਾਂ ਵਾਲਾ ਕੱਪ ਪੰਜ ਸੱਤ ਬੰਦੇ ਘੇਰਨਾ ਜਿੰਨਾ ਨੇ ਬੇਇੱਜ਼ਤੀ ਕਰਾਂਗੇ ਸਹੀ ਗੱਲ ਹੈ ਦੋ ਤਾਂ ਮੇਰੇ ਨਾਲ ਹੀ ਜਾਂਦੇ ਪਏ ਬਾਕੀ ਅਸੀਂ ਚਾਰ ਕੁ ਹੋਰ ਇਕੱਠੇ ਕਾਰ ਹੀ ਲੈਣੇ ਆ ਅਰੇ ਚਾਹੀ ਜਾਣਾ ਕੰਟੀਨ ਤੇਰਾ ਹੁਣ ਅਸੀਂ ਕੰਟੀਨ ਤੇ ਜਮਾ ਹੀ ਆ ਗਏ ਆ ਸਾਹਮਣੇ ਆਹ ਆਪਣੇ ਸਾਰੇ ਵੀਰ ਏ ਆ ਵੀਰ ਸਾਨੂੰ ਕੱਲ ਮਿਲਿਆ ਸੀ ਮੈਂ ਕੱਲ ਤੈਨੂੰ ਮਿਲਿਆ ਸੀ ਮੈਂ ਤੈਨੂੰ ਕਿਹਾ ਸੀ ਵੀ ਕਾਲ ਜਾਵੀ ਜਾ ਯਾਰ ਹੁਣ ਬਸ ਯਾਰ ਸਾਡੀ ਯਾਰ ਲੈ ਮਿੱਤਰਾ ਹੈਗਾ ਆਪਣਾ ਚਰਨਜੋਤ ਕੰਬੋਜ ਅਸੀਂ ਆ ਗਏ ਹਾਂ ਕੰਟੀਨ ਚ ਭਿੰਦਾ ਕੁਛ ਕਹਿਣਾ ਚਾਹੁੰਦਾ ਹੈ ਅੱਗੇ ਕੀ ਕਿਹਾ ਜੀ ਅੱਗੇ ਮੈਂ ਕਿਹਾ ਹੋਰ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਭਿੰਦਾ ਹੈ ਜੀ ਇਹ ਸਾਡੇ ਇਹ ਬੰਦਾ ਬੜੇ ਟਾਈਮ ਤੋਂ ਸ਼ਰਮਾ ਰਿਹਾ ਹੈ ਕੀ ਜਿਵੇਂ ਸਾਡੇ ਕੋਲ ਅੱਧਾ ਕਹਿਣਾ ਫਰੀ ਸੀ ਅਸੀਂ ਆਖਿਆ ਵਲੋਗ ਬਣਾ ਲਈਏ ਕਾਲਜ ਕੀ ਵਿਖਾਇਆ ਸੀ ਵੀ ਇਹ ਵਲੋਗ ਸਟਾਰਟ ਹੋਣ ਤੋਂ ਤੇ ਐਂਡ ਤੱਕ ਰਹਿੰਦੀ ਹੈ ਜਦੋਂ ਤੱਕ ਵੀ ਬੇਇੱਜ਼ਤੀ ਹੋਈ ਜਾਂਦੀ ਹੈ ਹੁਣ ਮੇਰੇ ਪਿੱਛੇ ਲੋਕ ਰਿਹਾ ਹੈ ਹੁਣ ਮੇਰੇ ਪਿੱਛੇ ਲੋਕ ਰਿਹਾ ਵੀਰ ਵੇਖੋ ਜੀ ਹੁਣ ਕਰ ਲਏ